ਸਾਰੇ ਬੋਲੇ ਹਾਂ ਜੀ। ਜਦੋਂ ਅਧਿਆਪਕ ਜੀ ਚਲੇ ਗਏ ਆਂਸ਼ੂ ਤਾਂ ਖਿੜ ਖਿੜ ਕੇ ਹੱਸ ਪਿਆ। ਕੱਲ੍ਹ ਨੂੰ ਡਾਕਟਰ ਨੇ ਸਾਡੇ ਦੰਦ ਵੇਖਦੇ ਹਨ, ਇਹ ਕਹਿ ਕੇ ਉਹ ਫਿਰ ਹੱਸ ਪਿਆ। ਉਸਨੂੰ ਲੋਟ ਪੋਟ ਹੁੰਦਿਆਂ ਵੇਖ ਕੇ ਅਸੀਂ ਵੀ ਹੱਸਣ ਲੱਗ ਪਏ। ਵੀ ਸਾਰੇ ਕੀ ਬੋਲੇ ਵੀ ਅਸੀਂ ਜ਼ਰੂਰ ਸਾਫ਼ ਸੁਥਰੇ ਬਣ ਕੇ ਆਵਾਂਗੇ ਅਤੇ ਅਸੀਂ ਆਪਣੇ ਕਲਾਸ ਦਾ ਕਮਰਾ ਵੀ ਸਾਫ਼ ਰੱਖਾਂਗੇ। ਜਦੋਂ ਅਧਿਆਪਕ ਚਲੇ ਗਏ ਤਾਂ ਜਿਹੜਾ ਅੰਸ਼ੂ ਨਾਮ ਦਾ ਬੱਚਾ ਸੀ ਉਹ ਕੀ ਖਿੜ ਖਿੜ ਕੇ ਹੱਸਣ ਲੱਗ ਗਿਆ। ਵੀ ਕੀ ਕਹਿਣ ਲੱਗਾ ਵੀ ਡਾਕਟਰ ਨੇ ਸਾਡੇ ਦੰਦ ਵੇਖ ਕੇ ਆਉਣੇ ਹਨ, ਅਤੇ ਇਹ ਕਹਿ ਕੇ ਉਹ ਫਿਰ ਹੱਸ ਪਿਆ ਅਤੇ ਸਾਰੇ ਉਸਨੂੰ ਲੋਟ ਪੋਟ ਹੁੰਦਾ ਵੇਖ ਕੇ ਹੱਸਣ ਲੱਗ ਪਏ। ਲੋਟ ਪੋਟ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਹੱਸਣਾ। ਦੂਜੇ ਦਿਨ ਦੇ ਆਪ ਡਾਕਟਰਾਂ ਦੀ ਇੱਕ ਟੋਲੀ ਸਾਡੇ ਸਕੂਲ ਆਈ। ਸਾਡੇ ਦੰਦਾਂ ਦਾ ਮੁਆਇਨਾ ਦੰਦਾਂ ਦੀ ਡਾਕਟਰ ਨੇ ਕੀਤਾ। ਮੁਆਇਨਾ ਦਾ ਮਤਲਬ ਹੁੰਦਾ ਜਾਂਚ ਕਰਨਾ, ਚੈੱਕ ਕਰਨਾ। ਵੀ ਦੂਜੇ ਦਿਨ ਕੀ ਹੈ, ਇੱਕ ਗਰੁੱਪ ਆਇਆ, ਇੱਕ ਟੀਮ ਜਿਹੜੀ ਹੈ ਸਾਡੇ ਸਕੂਲ ਆਈ ਅਤੇ ਉਹਨਾਂ ਨੇ ਕੀ ਹੈ ਸਾਡੇ ਦੰਦਾਂ ਦਾ, ਉਹਨਾਂ ਵਿੱਚੋਂ ਇੱਕ ਜਿਹੜੀ ਦੰਦਾਂ ਦੀ ਡਾਕਟਰ ਸੀ ਉਸਨੇ ਕੀ ਹੈ ਸਾਡੇ ਦੰਦਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਅਮਨ ਦੇ ਦੰਦ ਵਿਖਾਉਣ ਦੀ ਵਾਰੀ ਆਈ ਤਾਂ ਉਹ ਅੱਗੋਂ ਹੱਸ ਪਈ। ਦੰਦਾਂ ਦੀ ਡਾਕਟਰ ਕਹਿਣ ਲੱਗੀ, ਬੇਟੀ ਤੇਰੇ ਦੰਦ ਤਾਂ ਮੋਤੀਆਂ ਵਰਗੇ ਚਿੱਟੇ ਹਨ, ਜ਼ਰਾ ਮੂੰਹ ਅੱਡ ਵੇਖਾਂ, ਅੰਦਰੋਂ ਖਰਾਬ ਤਾਂ ਨਹੀਂ, ਮੋਤੀਆਂ ਵਰਗੇ ਹੁੰਦੇ ਹੈ, ਬਹੁਤ ਜ਼ਿਆਦਾ ਚਿੱਟੇ ਅਤੇ ਸੁੰਦਰ। ਜ਼ਰਾ ਦਾ ਮਤਲਬ ਹੁੰਦਾ ਹੈ ਥੋੜ੍ਹਾ ਜਿਹਾ। ਜਦੋਂ ਅਮਨ ਦੀ ਵਾਰੀ ਆਈ ਤਾਂ ਕੀ ਉਹਨੂੰ ਹਾਸਾ ਆ ਗਿਆ, ਉਹ ਹੱਸ ਪਈ ਅਤੇ ਡਾਕਟਰ ਨੇ ਉਸਨੂੰ ਕੀ ਕਿਹਾ ਵੀ ਜਿਹੜੇ ਤੇਰੇ ਦੰਦ ਹਨ ਉਹ ਕੀ ਬਹੁਤ ਜ਼ਿਆਦਾ ਚਿੱਟੇ ਹਨ, ਮੋਤੀਆਂ ਵਰਗੇ ਹਨ, ਵੀ ਤੂੰ ਥੋੜ੍ਹਾ ਜਿਹਾ ਮੂੰਹ ਖੋਲ੍ਹ, ਮੈਂ ਦੇਖਣਾ ਚਾਹੁੰਦੀ ਹਾਂ ਵੀ ਜਿਹੜੇ ਤੇਰੇ ਦੰਦ ਹਨ ਅੰਦਰੋਂ ਖਰਾਬ ਤਾਂ ਨਹੀਂ। ਫਿਰ ਡਾਕਟਰ ਕਹਿਣ ਲੱਗੀ, ਸ਼ਾਬਾਸ਼ ਬੇਟੀ, ਤੇਰੇ ਦੰਦ ਮਜ਼ਬੂਤ ਵੀ ਹਨ, ਤੇਰੇ ਤਾਂ ਤੇਰੀ ਸਿਹਤ ਇੰਨੀ ਚੰਗੀ ਹੈ। ਅੱਛਾ ਇਹ ਦੱਸ ਤੂੰ ਦੰਦਾਂ ਨੂੰ ਸਾਫ਼ ਕਿਵੇਂ ਰੱਖਦੀ ਹੈ? ਅਮਨ ਬੋਲੀ, ਜੀ ਮੈਂ ਹਰ ਵਾਰੀ ਖਾਣਾ ਖਾਣ ਤੋਂ ਪਿੱਛੋਂ ਚੰਗੀ ਤਰ੍ਹਾਂ ਕੁਰਲੀ ਕਰਦੀ ਹਾਂ, ਸਵੇਰੇ ਸਵੇਰੇ ਕਿੱਕਰ ਦੀ ਦਾਤਣ ਵੀ ਕਰਦੀ ਹਾਂ, ਮੇਰੇ ਮੰਮੀ ਡੈਡੀ ਵੀ ਦਾਤਣ ਕਰਦੇ ਹਨ। ਕੁਰਲੀ ਦਾ ਮਤਲਬ ਹੁੰਦਾ ਚੂੜੀ, ਵੀ ਆਪਾਂ ਪਾਣੀ ਮੂੰਹ 'ਚ ਪਾਣੀ ਭਰ ਕੇ ਜਿਹੜੀ ਚੂੜੀ ਕਰਦੇ ਹਾਂ। ਕੀ ਹੈ ਡਾਕਟਰ ਨੇ ਕੀ ਕਿਹਾ ਵੀ ਸ਼ਾਬਾਸ਼ ਬੇਟੀ, ਵੀ ਜਿਹੜੇ ਤੇਰੇ ਦੰਦ ਹਨ ਵੀ ਬਹੁਤ ਜ਼ਿਆਦਾ ਮਜ਼ਬੂਤ ਹਨ, ਇਸੇ ਕਰਕੇ ਦੰਦਾਂ ਕਰਕੇ ਤੇਰੀ ਸਿਹਤ ਵੀ ਚੰਗੀ ਹੈ। ਤਾਂ ਉਹਨਾਂ ਨੇ ਕੀ ਪੁੱਛਿਆ ਵੀ ਤੂੰ ਆਪਣੇ ਦੰਦਾਂ ਨੂੰ ਸਾਫ਼ ਕਿੱਦਾਂ ਕਰਦੀ ਹੈ? ਉਸਨੇ ਕੀ ਕਿਹਾ ਵੀ ਮੈਂ ਖਾਣਾ ਖਾਣ ਤੋਂ ਬਾਅਦ ਕੀ ਚੰਗੀ ਤਰ੍ਹਾਂ ਕੁਰਲੀ ਕਰਦੀ ਹਾਂ ਅਤੇ ਸਵੇਰੇ ਸਵੇਰੇ ਉੱਠ ਕੇ ਕਿੱਕਰ ਦੀ ਦਾਤਣ ਵੀ ਕਰਦੀ ਹੈ, ਅਤੇ ਮੇਰੇ ਜਿਹੜੇ ਮੰਮੀ ਪਾਪਾ ਆ ਉਹ ਵੀ ਕੀ ਹੈ ਕਿੱਕਰ ਦੀ ਦਾਤਣ ਕਰਦੇ ਹਨ। ਬਹੁਤ ਅੱਛੇ ਬੱਚੇ ਹੋ ਤੁਸੀਂ, ਡਾਕਟਰ ਨੇ ਕਿਹਾ। ਫਿਰ ਮੇਰੀ ਵਾਰੀ ਆਈ, ਉਹਨਾਂ ਨੇ ਮੇਰੇ ਦੰਦ ਵੀ ਵੇਖੇ। ਫਿਰ ਉਹ ਬੋਲੀ, ਬੇਟੇ ਤੇਰੇ ਦੰਦ ਬਹੁਤ ਸੋਹਣੇ ਹਨ, ਚੰਗਾ ਦੱਸ ਦੰਦ ਸਾਡੇ ਕੀ ਕੰਮ ਆਉਂਦੇ ਹਨ? ਕਿ ਉਹਨਾਂ ਨੇ ਕੀ ਕਿਹਾ, ਬਹੁਤ ਅੱਛੇ ਬੱਚੇ ਹੋ ਤੁਸੀਂ, ਕਿਉਂਕਿ ਸਵੇਰੇ ਸਵੇਰੇ ਅਮਨ ਨੇ ਦੱਸਿਆ ਮੈਂ ਉੱਠ ਕੇ ਦਾਤਣ ਕਰਦੀ ਹਾਂ ਜਾਂ ਖਾਣਾ ਖਾਣ ਤੋਂ ਬਾਅਦ ਚੂਰੀ ਕਰਦੀ ਹਾਂ। ਡਾਕਟਰ ਨੇ ਉਹਨੂੰ ਕਿਹਾ ਵੀ ਤੁਸੀਂ ਬਹੁਤ ਅੱਛੇ ਬੱਚੇ ਹੋ। ਅਤੇ ਫਿਰ ਕੀ ਡਾਕਟਰ ਨੇ ਮੋਨੀਟਰ ਦੇ ਦੰਦ ਚੈੱਕ ਕੀਤੇ, ਉਸ ਦੰਦ ਵੀ ਬਹੁਤ ਜ਼ਿਆਦਾ ਸੋਹਣੇ ਸਨ। ਅਤੇ ਡਾਕਟਰ ਨੇ ਕੀ ਕਿਹਾ ਵੀ ਤੇਰੇ ਦੰਦ ਤਾਂ ਬਹੁਤ ਸੋਹਣੇ ਹਨ, ਚੰਗਾ ਦੱਸ ਵੀ ਤੂੰ ਜਿਹੜੇ ਦੰਦ ਵੀ ਜਿਹੜੇ ਆਪਣੇ ਦੰਦ ਆ ਉਹ ਕਿਸ ਕੰਮ ਆਉਂਦੇ ਹਨ?